ਹੈਲੋ ਫਰੈਂਡਸ, ਵੈਲਕਮ ਬੈਕ ਟੂ ਦ ਅਨਦਰ ਬਲੌਗ। ਗਾਇਸ, ਸਵੇਰ ਦੇ ਵੱਜ ਗਏ ਨੇ 7:30 ਅਤੇ ਆਪਣਾ ਸਵੇਰੇ ਉੱਠ ਕੇ ਮੈਂ 5:30 ਉੱਠ ਗਈ ਸੀਗੀ ਅਤੇ ਉਸ ਤੋਂ ਬਾਅਦ ਆਪਣਾ ਕੰਮ ਜਿਹੜਾ ਕਰਨ ਵਾਲਾ ਸੀਗਾ ਉਹ ਕਰ ਲਿਆ। ਬਟ ਦੂਜੀ ਅੱਜ ਲੇਟ ਆਇਆ ਸੀਗਾ ਅਤੇ ਆਪਣਾ ਹੁਣ ਆਇਆ ਸੀ ਅਤੇ ਤਾਂ ਕਰਕੇ ਮੈਂ ਹੁਣ ਦੁੱਧ ਦੀ ਉਬਾਲੀ ਰੱਖੀ ਹੋਈ ਆ ਅਤੇ ਆਪਣਾ ਪਾਠ ਕਰ ਲਿਆ ਸੀਗਾ, ਝਾੜੂ ਮਾਰਤਿਆ ਸੀਗਾ ਅਤੇ ਅੰਦਰਾਂ 'ਚ ਵੀ ਸਾਰਾ ਸਾਫ਼ ਕਰਤਿਆ ਸੀਗਾ ਅਤੇ ਹੁਣ ਸਿਰਫ ਰਹਿ ਗਏ ਨੇ ਮੇਰੇ ਪੋਚੇ ਪੋਚੇ ਰਹਿ ਗਏ ਨੇ ਅਤੇ ਟਾਈਮ ਤਾਂ ਹਾਲੇ ਕੁਛ ਵੀ ਨਹੀਂ ਹੋਇਆ ਹੈਗਾ ਅਤੇ ਹੁਣ ਦੁੱਧ ਨੂੰ ਉਬਾਲੀ ਆ ਜੇ ਅਤੇ ਮੈਂ ਪੀ ਲੈਂਦੀ ਆਪਣਾ ਗਰਮ ਪਾਣੀ ਅਤੇ ਕਰਕੇ ਰੱਖਿਆ ਹੋਇਆ। ਬੰਨੀ ਜੀ ਨੇ ਤਾਂ ਪੀ ਲਿਆ ਅਤੇ ਆਪਣਾ ਮੈਂ ਰਹਿ ਗਈ ਹਾਂ ਅਤੇ ਮੈਂ ਵੀ ਪੀ ਲੈਂਦੀ ਹਾਂ ਅਤੇ ਇਹਨਾਂ ਮੈਂ ਸਵੇਰੇ ਕਰ ਦਿੰਦੀ ਹਾਂ ਜਦੋਂ ਚਾਹ ਬਣਾਉਂਦੀ ਆ ਨਾ ਅਤੇ ਉਦੋਂ ਹੀ ਗਰਮ ਪਾਣੀ ਕਰ ਲੈਂਦੇ ਹਾਂ ਫਿਰ ਆਪਣਾ ਜਿਹੜਾ ਉੱਠੀ ਜਾਂਦਾ ਉਹ ਪੀ ਜਾਂਦਾ ਅਤੇ ਬਾਹਰ ਦਾ ਦਿਖਾ ਦਿੰਦੀ ਮੈਂ ਤੁਹਾਨੂੰ। ਥੋੜ੍ਹਾ ਜਿਹਾ ਹੋ ਗਿਆ, ਰੋਸ਼ਨੀ ਆ ਗਈ ਆ। ਪਹਿਲੇ ਤਾਂ ਹਨੇਰਾ ਬਹੁਤ ਜ਼ਿਆਦਾ ਸੀਗਾ ਅਤੇ ਪਰ ਮੈਂ ਮਾਰਤਿਆ ਸੀਗਾ ਬਾਹਰ ਫਿਰ ਵੀ ਝਾੜੂ ਅੰਦਰਾਂ 'ਚ, ਇੱਥੇ ਇੱਥੇ ਬਾਹਰ ਵੀ ਮਾਰਤੇ, ਵਿਹੜੇ ਵੁੜੇ 'ਚ ਵੀ ਮਾਰਤੇ ਸੀ ਅਤੇ ਹੁਣ ਪੋਚੇ ਲਗਾਉਂਗੀ, ਪੋਚੇ ਰਹਿ ਰਹੇ ਹਾਂ ਬਸ ਮੇਰੇ। ਅੱਜ ਕੱਪੜਿਆਂ ਦਾ ਵੀ ਨਹੀਂ ਹੈਗਾ ਮੇਰਾ ਕਿਉਂਕਿ ਕੱਪੜੇ ਮੈਂ ਧੋ ਲਏ ਸੀਗੇ, ਕੱਪੜਿਆਂ ਦਾ ਵੀ ਨਹੀਂ ਹੈਗਾ ਅੱਜ ਮੇਰਾ ਕਿਉਂਕਿ ਕੱਪੜੇ ਨਾ ਮੈਂ ਧੋ ਲਏ ਸੀਗੇ, ਕੱਲ੍ਹ ਧੋ ਲਏ ਸੀਗੇ ਜਿਹੜੇ ਸੀਗੇ ਅਤੇ ਆਪਣਾ ਹੁਣ ਕੱਲ੍ਹ ਦੇਖੂੰਗੀ ਮੰਡੇ ਲਾਊਂਗੀ, ਮਸ਼ੀਨ ਹੁਣ ਤਾਂ ਹੈ ਨਹੀਂ ਹੈ। ਅਤੇ ਸਬਜ਼ੀ ਦਾ ਵੀ ਅੱਜ ਹੈਗੀ ਆ ਕਿਉਂਕਿ ਮੂੰਗੀ ਮਸਰੀ ਦੀ ਦਾਲ ਆ ਕੱਲ੍ਹ ਸ਼ਾਮੀ ਬਣਾਈ ਸੀ, ਫਿਰ ਇੰਨੀ ਕਿੰਨੀ ਖਾਂਦੇ ਆ, ਫਿਰ ਅੱਧਾ ਡੋਂਗਾ ਮੇਰਾ ਇੱਦਾਂ ਹੀ ਪਿਆ ਅਤੇ ਹੁਣ ਸਬਜ਼ੀ ਦਾ ਵੀ ਨਹੀਂ ਹੈਗਾ ਅਤੇ ਨਿਆਣੇ ਵੀ ਮੈਂ ਕੱਲ੍ਹ ਸਿਰ ਸੁਰ ਧੋ ਲਿਆ ਸੀਗਾ, ਬਸ ਨਹਾਣੇ ਨਹਾਣੇ ਆ ਅਤੇ ਸਿਰਾਂ ਦਾ ਨਿਬੇੜ ਲਿਆ ਸੀਗਾ ਅਤੇ ਅੱਜ ਬੰਨੀ ਜੀ ਦੇਖਦੇ, ਅੱਜ ਬੰਨੀ ਜੀ ਨੇ ਫਿਰ ਜਾਣਾ ਪਿੰਡ ਅਤੇ ਉੱਥੇ ਜਾਊਂਗੇ ਅਤੇ ਬਟ ਆ ਜੂਗੇ ਫਿਰ ਸ਼ਾਮ ਤੱਕ ਆ ਜੂਗੇ ਅਤੇ ਹੁਣ ਚੱਲ ਜਾਣਾ ਉਹਨਾਂ ਨੇ, ਫਿਰ ਤਾਂ ਤਾਜ ਵੰਸ਼ ਦੇ ਮੈਂ ਹੀ ਹਾਂ। ਬੰਨੀ ਜੀ ਹੋ ਗਏ ਆ ਰੇਡੀ ਜਾਣ ਦੇ ਲਈ ਅਤੇ ਆਪਣੇ ਸ਼ੂਜ਼ ਵਗੈਰਾ ਪਾਉਣ ਲੱਗੇ ਹੋਏ ਅਤੇ ਇੱਧਰ ਟੈਂਕੀ ਵੀ ਭਰ ਗਈ ਆ ਅਤੇ ਮੈਂ ਲੱਗੀ ਸੀ ਪੋਚੇ ਲਾਉਣ ਦੇ ਲਈ ਅਤੇ ਟੈਂਕੀ ਵੀ ਭਰ ਗਈ ਆ, ਉਹਨੇ ਮੋਟਰ ਬੰਦ ਕਰ ਦਿੰਦੇ। ਹੁਣ ਪੋਚੇ ਪੋਚੇ ਸੀਗੇ ਮੇਰੇ, ਬਾਕੀ ਦਾ ਹੋ ਗਿਆ ਸੀ ਪਾ ਕੰਮ। ਬੰਨੀ ਜੀ ਵੀ ਹੋ ਗਿਆ ਰੇਡੀ, ਬੰਨੀ ਜੀ ਚੱਲੇ ਆ, ਬਾਏ। ਹੁਣ ਤਾਜ ਵੰਸ਼ ਪਏ ਨੇ ਸੁੱਤੇ, ਤਾਜ ਵੰਸ਼ ਪਏ ਨੇ ਸੁੱਤੇ ਅਤੇ ਉਹਨਾਂ ਮੈਂ ਪੋਚੇ ਤਾਂ ਨਿਬੇੜ ਲੈਂਦੀ ਹਾਂ, ਆਪਣਾ ਪੋਚਾ ਰਹਿ ਗਿਆ ਜਿਹੜਾ ਮੇਰਾ, ਬਾਕੀਆਂ 'ਤੇ ਤਾਂ ਲੱਗ ਗਿਆ, ਇੱਧਰ ਇੱਧਰ ਕਿਚਨ ਕਿਚਨ ਦਾ ਰਹਿ ਗਿਆ ਬਸ। ਕੰਮ ਹੋ ਗਿਆ ਮੇਰਾ ਖਤਮ ਅਤੇ ਆਪਣਾ ਝਾੜ ਪੋਚੇ ਲਗਾ ਤੇ ਸੀ, ਵਿਹੜਾ ਵੁੜਾ ਹੁਣ ਸੁੱਕ ਵੀ ਗਿਆ ਹੈ ਅਤੇ ਜਦੋਂ ਬੰਨੀ ਜੀ ਗਏ ਸੀ ਨਾ ਉਦੋਂ ਹੀ ਲਗਾ ਤੇ ਸੀਗੇ ਅਤੇ ਇੱਧਰ ਤਾਜ ਵੰਸ਼ ਕੰਮ ਤਾਜ ਵੰਸ਼ ਵੀ ਗੁੱਡ ਮਾਰਨਿੰਗ, ਤਾਜ ਵੰਸ਼ ਵੀ ਉੱਠ ਗਏ ਨੇ ਅਤੇ ਮੈਂ ਨਾ ਅੱਜ ਮਸ਼ੀਨ ਲਾਉਣੀ ਨਹੀਂ ਸੀ ਕਿਉਂਕਿ ਕੈਂਸਲ ਕਰਤਿਆ ਸੀਗਾ ਅਤੇ ਹੁਣ ਮਸ਼ੀਨ ਵੀ ਲਾ ਲਈ ਆ ਕਿਉਂਕਿ ਬੰਨੀ ਜੀ ਦੀ ਨਾਲ ਲੋਈ ਬਹੁਤ ਜ਼ਿਆਦਾ ਗੰਦੀ ਹੋਈ ਵੀ ਸੀਗੀ ਅਤੇ ਤਾਂ ਕਰਕੇ ਹੁਣ ਮਸ਼ੀਨ ਲਾ ਲਈ, ਨਾਲੇ ਤਾਜ ਉਹਨਾਂ ਦੇ ਬੂਟ ਵੀ ਆ, ਇਹ ਬਾਹਰ ਬੈਠਦੇ ਆ ਨਾ ਫਿਰ ਇਹ ਮਿੱਟੀ ਲੱਗ ਜਾਂਦੀ ਹੈ ਇਹਨਾਂ ਦੇ ਬੂਟਾਂ ਨੂੰ ਅਤੇ ਉਹ ਵੀ ਚੱਲ ਧੋ ਹੋ ਜੂਗੇ, ਵੈਸੇ ਤਾਂ ਮਸ਼ੀਨ ਲਾਉਣੀ ਨਹੀਂ ਸੀਗੀ ਮੈਂ ਕਿਉਂਕਿ ਕੱਲ੍ਹ ਧੋਏ ਸੀਗੇ ਤਾਂ ਕਰਕੇ ਹੈ ਵੀ ਨਹੀਂ ਸੀਗੇ, ਇਹ ਤਾਂ ਬਸ ਬੰਨੀ ਜੀ ਗਏ ਅਤੇ ਕੱਪੜੇ ਆਪਣੇ ਕੱਢ ਕੇ ਗਏ ਜਿਹੜੇ ਪਾਏ ਹੋਏ ਸੀਗੇ ਅਤੇ ਉਹ ਵਾਲੇ ਨਾ ਲੋਈ ਬਹੁਤ ਗੰਦੀ ਹੋਈ ਵੀ ਸੀਗੀ, ਧੋਣ ਵਾਲੀ ਹੋਈ ਵੀ ਸੀ ਅਤੇ ਫਿਰ ਮੈਂ ਸੋਚਿਆ ਚਲੋ ਲਾਈ ਦਿੰਦੇ ਆ, ਟਾਈਮ ਵੀ ਹੈਗਾ ਅਤੇ ਮੇਰਾ ਕੋਈ ਕੰਮ ਵੀ ਨਹੀਂ ਹੈ, ਕੰਮ ਸਾਰਾ ਹੋ ਗਿਆ ਸੀਗਾ, ਝਾੜੂ ਪੋਚੇ ਸਾਜਰੀ ਮੈਂ ਲਗਾ ਲਏ ਸੀਗੇ ਅਤੇ ਤਾਂ ਕਰਕੇ ਅਤੇ ਹੁਣ ਬਸ ਬੱਚਿਆਂ ਦਾ ਨਹਾਉਣਾ ਨਹਾਉਣਾ ਰਹਿ ਗਿਆ
ਤੇ ਠੰਡ ਵੀ ਬਹੁਤ ਹੋ ਰਹੀ ਆ। ਪ੍ਰੈਸ ਲਗਾ ਦੀ ਜਾ ਰਹੀ। ਕੈਸੇ ਹੋ? ਠੀਕ ਹੈ। ਤੇ ਅੱਜ ਵੰਸ਼ ਨੇ ਜਾਣਾ ਬਰਥਡੇ 'ਚ, ਕਿਉਂਕਿ ਇਹਦੀ ਕਲਾਸਮੇਟ ਦਾ ਹੈਗਾ ਬਰਥਡੇ। ਤੇ ਕਿਆ ਨਾਮ ਸੀ ਵੰਸ਼ੂ? ਰੋਹਾਨੀ। ਰੋਹਾਨੀ ਦਾ ਬਰਥਡੇ ਹੈ ਤੇ 4 ਵਜੇ ਜਾਊਗਾ ਵੰਸ਼ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਪਾਰਟੀ 'ਚ। ਤੇ ਫਿਰ ਹੁਣ ਕੱਪੜਿਆਂ ਦਾ ਮੈਂ ਇੱਕ ਵਾਰੀ ਦੋ ਵਾਰੀ ਦੇ ਸੀਗੇ, ਕਿਉਂਕਿ ਬੰਨੀ ਜੀ ਦੇ ਸੀ, ਤਾਜ ਉਹਨਾਂ ਦੇ ਸੀ ਕੱਲ੍ਹ ਜਿਹੜੇ ਕੱਢੇ ਸੀਗੇ ਇਹਨਾਂ ਨੇ, ਕਿਉਂਕਿ ਮਸ਼ੀਨ ਤਾਂ ਮੈਂ ਪਹਿਲੇ ਸਾਜਰੀ ਲਗਾ ਲਏ ਸੀਗੇ। ਅਤੇ ਹੁਣ ਦੋ ਵਾਰੀਆਂ ਦੇ ਕੱਪੜੇ ਤਾਂ ਮੈਂ ਪਾ ਦਿੰਦੀ, ਹੁਣ ਧੁੱਪ ਹੈਗੀ ਆ ਅਤੇ ਆਪਣਾ ਸੁੱਕ ਜੂੰਗੇ, ਅਤੇ ਹੁਣ ਪਾਇਆ ਆਉਂਗੀ ਮੈਂ। ਅਤੇ ਨਾਲੇ ਮੈਂ ਲੱਗੇ ਹੋਏ ਸੀ ਬਿਗ ਬੋਸ ਲਾਇਆ ਸੀਗਾ ਅਤੇ ਬਿਗ ਬੋਸ ਦੇਖ ਰਹੀ ਸੀਗੀ, ਅਤੇ ਰੋਟੀ ਹਾਲੇ ਠਹਿਰ ਕੇ ਬਣਾਉਂਗੀ, ਬਹੁਤ ਟਾਈਮ ਪਿਆ ਹਾਲੇ ਤਾਂ। ਅਤੇ ਸਵੇਰੇ ਸਵੇਰੇ ਹੋ ਗਈ ਇਹਨਾਂ ਦੀ ਲੜਾਈ ਸਟਾਰਟ, ਅਤੇ ਹੁਣ ਦੋਵੇਂ ਜਣੇ ਆਪਣਾ ਅਭੀ ਰੋਏਂਗੇ, ਫਿਰ ਆਪ ਤੋਂ ਹੱਸ ਰਹੇ ਹੋ ਫਿਰ ਰੋਏਂਗੇ ਰੋਏਂਗੇ ਤਾਂ ਵੰਸ਼ੂ ਸਹੀ ਸੇ ਬੈਠੋ, ਸਹੀ ਸੇ ਬੈਠ ਜਾਓ ਵੰਸ਼। ਅੱਛਾ ਬੱਚਾ ਬਣਨਾ, ਅੱਛਾ ਬੱਚਾ ਬਣ ਗਿਆ ਨਾ, ਅੱਛਾ ਬੱਚਾ ਆਰਾਮ ਸੇ ਬੈਠ ਜਾ। ਆਹ ਗੁਰਤਾਜ ਬਣੇਗਾ? ਅੱਛਾ ਬੱਚਾ ਮੈਂ ਤਾਂ ਪਹਿਲੇ ਹੀ ਸੋਇਆ। ਅੱਛਾ ਬੱਚਾ ਵੰਸ਼ ਤੂੰ ਗੰਦਾ ਬੱਚਾ ਲੱਗ ਰਿਹਾ ਹੈ, ਗੰਦਾ ਬੱਚਾ ਬਣਾ ਹੋਇਆ ਤੂੰ ਬਿਲਕੁਲ। ਤੇ ਹੱਥ ਚ ਲੈ, ਹੱਥ ਚ ਦਿਖਾ ਕੇ ਆਏ ਬਦਾਮ, ਹਾਲੇ 4 ਘੰਟੇ ਹੋ ਗਏ ਨੂੰ ਦਏ ਨੇ, ਜਦ ਉੱਠਿਆ ਸੀ ਚਦੇ ਦੇਤੇ ਦੇ, ਹਾਲੇ ਤੱਕ ਤੇਰੇ ਬਦਾਮ ਨਹੀਂ ਖਾ ਹੋਏ ਹੈਗੇ। ਫਿਰ ਇੱਧਰ ਉੱਧਰ ਕਦੇ ਗਏ, ਕਿਆ ਕਰੂਗਾ, ਕਦੇ ਸੋਫੇ ਦੇ ਨੀਚੇ ਬਾੜ ਦੂਗਾ, ਕਦੇ ਇੱਧਰ ਬੈਡ ਦੇ ਨੀਚੇ ਬਾੜ ਦੂਗਾ, ਫਿਰ ਇੱਦਾਂ ਸਿੱਟ ਦੂਗਾ। ਜਲਦੀ ਮੇਰੇ ਸਾਹਮਣੇ ਖਾ ਕੇ ਦਿਖਾ ਹੁਣ। ਮਮਾ ਮਜ਼ਾ ਆ ਰਿਹਾ, ਰੋਲੀ ਰੋਲੀ ਮੇਰੇ ਸਾਹਮਣੇ ਖਾ, ਫਿਰ ਮੈਂ ਜਾਊਂਗੀ ਨਹੀਂ, ਮੈਂ ਜਾਊਂਗੀ ਨਹੀਂ, ਮੈਨੂੰ ਪਤਾ ਹੈ ਤੂੰ ਇਧਰ ਉਧਰ ਕਰ ਦੇਗਾ ਫਿਰ ਸੇ। ਔਰ ਇੱਕ ਬਦਾਮ ਮੈਨੂੰ ਪਤਾ ਕੱਲ ਰਾਤ ਕਹਾਂ ਦੇਖਾ, ਸੋਫੇ ਦੇ ਨੀਚੇ ਸਾਈਡਸ ਮੇ ਗਿਰਾ ਹੁਆ ਹੈ, ਗੁਰਤਾਜ ਨਹੀਂ ਹੈ ਤੇਰਾ ਹੈ ਬੰਸ਼, ਨੀਚੇ ਸੱਟ ਲੱਗਣੀ ਹੈ ਔਰ ਤੇਰੇ ਉੱਪਰ ਪੈਰ ਉੱਡ ਜਾਣੇ ਆ। ਸਹੀ ਸੇ ਬੈਠ ਜਾ। ਤੇ ਅੱਜ ਮੈਨੂੰ ਲੱਗਦਾ ਹਵਾ ਵੀ ਚੱਲ ਰਹੀ ਹੈ, ਕਿਉਂਕਿ ਇੱਧਰ ਪੌਦੇ ਵੀ ਸਾਰੇ ਹਿੱਲ ਰਹੇ ਆ, ਤੇ ਹਵਾ ਹੈਗੀ ਅੱਜ। ਚਲੋ ਸਿਰ ਸੁਰ ਦਾ ਤਾਂ ਨਵੇੜ ਤਿਆ ਸੀਗਾ, ਕੱਲ ਕੱਲ ਨਵੇੜ ਤਿਆ, ਤੇ ਇੱਧਰ ਨਾ ਸਾਡੀ ਸੇਮ ਵੀ ਉੱਥੇ ਆ ਜਾਂਦੀ ਆ ਸ਼ੀਸ਼ੇ ਦੇ ਪੂਰੇ, ਤੇ ਇੱਥੇ ਮੈਂ ਨਾਮ ਲਿਖਦੀ ਹਾਂ, ਨਾਮ ਲਿਖਿਆ। ਤੇ ਜਦੋਂ ਇਹ ਕਰਟਨ ਹਟਾਉਂਦੇ ਆ ਨਾ, ਫੇਰ ਇਹ ਸਾਰਾ ਸੁੱਕਦਾ, ਨਹੀਂ ਤਾਂ ਇਹ ਪੂਰੀ ਸੇਮ ਆਈ ਹੁੰਦੀ ਹੈ ਇਹਨੂੰ ਸ਼ੀਸ਼ੇ ਨੂੰ। ਕੰਮ ਹੋ ਗਿਆ ਖਤਮ, ਤੇ ਉਹ ਇਹ ਕੱਪੜੇ ਜਿਹੜੇ ਮੈਂ ਉੱਪਰ ਪਾਇਆ ਸੀ ਹੁਣ ਸੁੱਕ ਜਾਣਗੇ। ਤੇ ਅੱਜ ਵੰਸ਼ ਹੁਣ ਲੱਗਿਆ ਹੋਇਆ, ਵੰਸ਼ ਲੱਗਿਆ ਹੋਇਆ ਨਹਾਉਣ ਦੇ ਲਈ, ਤੇ ਆਪਣਾ ਤਾਜ ਮੈਨੂੰ ਲੱਗਦਾ ਕੈਂਸਲ ਕਰੂਗਾ, ਕਿਉਂਕਿ ਇਹਨੂੰ ਠੰਡ ਬਹੁਤ ਲੱਗਦੀ ਹੈ। ਤੇ ਇੱਥੇ ਆ ਗਿਆ ਇਹ ਘਰ ਦਾ ਧਨੀਆ, ਤੇ ਆਪਣਾ ਘਰ ਦਾ ਧਨੀਆ ਹੁਣੇ ਹੁਣੇ ਫਰੈਸ਼ ਤੜਵਾਇਆ, ਤੇ ਹੁਣ ਚੰਗੀ ਤਰ੍ਹਾਂ ਸਵਾਰਤਾ, ਤੇ ਹੁਣ ਮੈਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਇਹਨੂੰ ਰੱਖ ਦੂੰਗੀ ਫਰਿੱਜ 'ਚ ਜਦੋਂ ਸੁੱਕ ਜਾਏਗਾ ਪਾਣੀ ਦਾ। ਅਤੇ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਨਾ ਘਰ ਦਾ ਧਨੀਆ ਨਾ, ਬਹੁਤ ਜ਼ਿਆਦਾ ਵਧੀਆ ਹੁੰਦਾ, ਵੈਸੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਇਹਦੇ। 2 ਕੁ ਵੈਸੇ ਉਹ ਪਾਓ ਨਾ, ਅਤੇ ਬੜੀ ਵਧੀਆ ਮਤਲਬ ਕਿ ਟੇਸਟ ਆ ਜਾਂਦਾ ਸਬਜ਼ੀ ਦੇ ਵਿੱਚ। ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਮੈਂ ਪਹਿਲੇ ਵਾਸ਼ ਕਰੂੰਗੀ, ਅਤੇ ਫਿਰ ਉਹ ਤੋਂ ਬਾਅਦ ਇਹਨੂੰ ਸੁਕਾਉਂਗੀ, ਅਤੇ ਫਿਰ ਰੱਖੂੰਗੀ ਇਹਨੂੰ ਫਰਿੱਜ 'ਚ ਜਦੋਂ ਸੁੱਕ ਜਾਏਗਾ। ਅਤੇ ਇੱਧਰ ਦਾਲ ਮੈਂ ਗਰਮ ਰੱਖਦੀ ਆ ਹੋਣ ਦੇ ਲਈ, ਅਤੇ ਇੱਧਰ ਮੈਂ ਹੁਣ ਬਣਾ ਲੈਂਦੀ ਹਾਂ ਰੋਟੀ, ਕਿਉਂਕਿ ਟਾਈਮ ਹੋ ਚੁੱਕਿਆ 10:15 ਹੋ ਗਏ। ਤੇ ਇੱਧਰ ਮੇਰਾ ਲੱਡੂ ਪੁੱਤ ਅੱਜ ਨਹਾਉਣ ਨੂੰ ਕਰ ਰਿਹਾ ਕੈਂਸਲ, ਕਿਉਂਕਿ ਠੰਡ ਬਹੁਤ ਹੋਈ ਆ ਨਾ, ਤਾਂ ਅੱਜ ਬਹੁਤ ਜ਼ਿਆਦਾ ਠੰਡ ਹੋਈ ਹੋਈ ਹੈ। ਤਵੀ ਨੰਗੇ ਪੈਰ ਫਿਰ ਰਿਹਾ, ਕੋਰਾ ਪੈਰ ਹੈ ਤੂੰ, ਤਵੀ ਨੰਗੇ ਪੈਰ ਫਿਰ ਰਿਹਾ ਤੂੰ, ਹਾਂਜੀ। ਤੇ ਇੱਧਰ ਮੇਰਾ ਵੰਸ਼ ਪੁੱਤ ਨਹਾਉਣ ਲੱਗਿਆ,
ਬ੍ਰਸ਼ ਕਰ ਲਿਆ? ਹਾਂਜੀ। ਅੱਛਾ ਠੀਕ ਹੈ, ਨਾ ਲਾ। 2:30 ਦਾ ਹੋ ਗਿਆ ਟਾਈਮ ਤੇ ਆਪਣਾ ਅੱਜ ਅਸੀਂ ਧੁੱਪੇ ਵੀ ਨਹੀਂ ਗਏ ਹੈਗੇ, ਅੰਦਰ ਹੀ ਬੈਠੇ ਸੀ ਕਿਉਂਕਿ ਬਣੀ ਜੀ ਨਹੀਂ ਸੀਗੇ। ਤੇ ਹੁਣ ਮੈਂ ਇੱਥੇ ਰੱਖ ਲਈ ਆ ਚਾਹ, ਤੇ ਚਾਹ ਪੀ ਲੈਂਦੇ ਆ। ਤੇ ਤਾਜ ਵੰਸ਼ ਦੇ ਲਈ ਮੈਂ ਰੱਖਤੇ ਆ ਦੁੱਧ। ਤੇ ਹੁਣ ਵੰਸ਼ ਨੂੰ ਟਾਈਮ ਹੋ ਚੁੱਕਿਆ, 2:30 ਹੋ ਗਏ ਨੇ। ਤੇ ਹੁਣ ਇਹਨੂੰ ਕਰੂੰਗੀ ਮੈਂ ਰੇੜੀ ਚਾਹ ਪੀਣ ਤੋਂ ਬਾਅਦ, ਤੇ ਆਪਣਾ ਬਹੁਤ ਛੇਤੀ ਟਾਈਮ ਹੋ ਜਾਂਦਾ, ਪਤਾ ਵੀ ਨਹੀਂ ਚੱਲਦਾ। ਅਤੇ ਕੱਪੜੇ ਵੀ ਤਾਰ ਲਿਆਉਂਦੀ ਆ, ਫਿਰ ਤੈਅ ਤੂੰ ਲਾ ਲੈਂਦੀ ਸੁੱਕ ਗਏ ਹੋਏਗੇ। ਅਤੇ ਇਹਦੇ ਕੱਪੜੇ ਵੀ ਕੱਢ ਕੇ ਰੱਖਤੇ, ਹੁਣ ਪ੍ਰੈਸ ਕਰ ਦਿੰਦੀ ਆ ਇਹਦੇ ਕੱਪੜਿਆਂ ਨੂੰ, ਸੋਕਸ ਵਗੈਰਾ ਵੀ ਸਾਰੀਆਂ ਕੱਢ ਲਈਆਂ। ਅਤੇ ਠੰਡ ਹੋ ਗਈ ਆ, ਬਟ ਇਹ ਇਨਰ ਪਾ ਨਹੀਂ ਰਿਹਾ, ਮੈਂ ਇਨਰ ਵੀ ਕੱਢੀ ਸੀਗੀ ਇਹਦੀ, ਕਿਉਂਕਿ ਇਹ ਜੈਕਟ ਹੈ ਨਾ ਉੱਪਰ ਇਹਦੀ, ਠੰਡ ਕਰਕੇ। ਤਾਜ ਵੰਸ਼ ਨੂੰ ਛੇੜੀ ਜਾਊਗਾ, ਲੜਾਈ ਕਰੀ ਜਾਊਗਾ ਕਿ ਆਪਣਾ ਮੈਂ ਕੀਤਾ ਸੀਗਾ, ਸਿਮ ਗਿਆ ਸੀ। ਅਤੇ ਹੁਣ ਧੁੱਪ ਹੈਗੀ ਆ, ਅਤੇ ਆਪਣਾ ਚਾਹ ਚੂਹ ਪੀ ਕੇ ਫਿਰ ਮੈਂ ਲਿਆਉਂਦੀ ਆ ਕੱਪੜੇ, ਸੁੱਕ ਗਏ ਹੋਣਗੇ, ਬਹੁਤ ਧੁੱਪ ਸੀਗੀ ਅੱਜ। ਅਤੇ ਅਸੀਂ ਬਾਹਰ ਅੱਜ ਬੈਠੇ ਨਹੀਂ ਹੈਗੇ, ਵੈਸੇ ਤਾਂ ਨਿੱਘਾ ਦਿਨ ਸੀਗੀ, ਬਸ ਹਲਕੀ ਹਲਕੀ ਹੁਣ ਇਸ ਟਾਈਮ ਤਾਂ ਵੈਸੇ ਵੀ ਹਵਾ 'ਚ ਲੜ ਲੱਗ ਜਾਂਦੀ ਆ ਥੋੜ੍ਹੀ ਥੋੜ੍ਹੀ ਵੈਸੇ ਵੀ। ਅਤੇ ਧਨੀਆ ਮੈਂ ਪਾਤੇ ਸੀਗਾ ਸਵੇਰੇ, ਧੋ ਕੇ ਸੁੱਕਣਾ ਪਾਤੇ ਸੀ, ਹੁਣ ਸੁੱਕ ਗਿਆ। ਅਤੇ ਹੁਣ ਆਪਣਾ ਇਹਨੂੰ ਮੈਂ ਰੱਖ ਦਿੰਦੀ ਹਾਂ ਫਰਿੱਜ ਦੇ ਵਿੱਚ, ਅਤੇ ਪੈਕ ਕਰਕੇ ਚੰਗੀ ਤਰ੍ਹਾਂ। ਹੈਲੋ, ਅਤੇ ਵੰਸ਼ ਗੁੱਸੇ ਹੋ ਗਿਆ ਸੀਗਾ, ਤੇ ਤਾਜ ਨਾ ਇਹਦੇ ਨਾਲ ਪੰਗੇ ਲੈਂਦਾ, ਤੇ ਹੁਣ ਖੁਸ਼ ਆ ਵੰਸ਼ੂ, ਹੈ ਨਾ। ਤੇ ਵੰਸ਼ ਨੂੰ ਜਾਣਾ, ਵੰਸ਼ ਨੋ, ਐਸੇ ਸਟੰਟ ਨਹੀਂ ਮਾਰਦੇ, ਸੱਟ ਲੱਗ ਜਾਏਗੀ। ਨਹੀਂ 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 ਵੰਸ਼ੂ, ਨਹੀਂ ਕੁਛ ਨਹੀਂ ਕਰਨਾ। ਚਲੋ ਹੁਣ ਦੁੱਧ ਪੀਓ। ਹੁਣ ਚਾਹ ਮੇਰੀ ਬਣ ਗਈ, ਅਤੇ ਇਹਨੂੰ ਉਬਾਲੀ ਆ ਗਈ ਸੀ, ਅਤੇ ਹੁਣ ਮੈਂ ਗੈਸ ਬੰਦ ਕਰਤਾ ਸਿਮ ਗੈਸ 'ਤੇ ਕਰਕੇ। ਅਤੇ ਹੁਣ ਮੈਂ ਇੱਥੇ ਬਣਾਉਣ ਲੱਗੀ ਹਾਂ ਮਲਾਈ ਵਾਲੇ ਬ੍ਰੈਡ, ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਮਲਾਈ ਵਾਲੇ ਬ੍ਰੈਡ। ਅਤੇ ਵੰਸ਼ ਖਾਏਗਾ, ਮੈਂ ਖਾਊਂਗੀ, ਅਤੇ ਤਾਜ ਨਹੀਂ ਖਾਏਗਾ, ਇਹਨੂੰ ਪਸੰਦ ਨਹੀਂ ਹੈਗੇ। ਅਤੇ ਵੰਸ਼ ਅਤੇ ਮੈਂ ਹੀ ਦੋਹੇ ਜਣੇ ਹਾਂ। ਵੰਸ਼ ਹੋ ਗਿਆ ਰੇੜੀ, ਅਤੇ ਤਾਜ ਵੀ ਹੋ ਗਿਆ ਰੇੜੀ, ਅਤੇ ਦੋਹੇ ਜਣੇ ਹੁਣ ਜਾਊਂਗੇ। ਵੰਸ਼ ਨੇ ਜਾਣਾ ਸੀਗਾ, ਬਟ ਤਾਜ ਵੀ ਨਾਲ ਹੀ ਜਾ ਰਿਹਾ ਹੈ, ਅਤੇ ਦੋਹੇ ਬ੍ਰਦਰ ਆਪਣਾ ਜਾਊਂਗੇ ਰੇੜੀ, ਅਤੇ ਗਿਫਟ ਲੈ ਲਿਆ। ਅਤੇ ਹੁਣ ਟਾਈਮ ਹੋ ਚੁੱਕਿਆ, 4 ਵੱਜ ਗਏ ਨੇ, ਅਤੇ ਹੁਣ ਇਹਨਾਂ ਨੂੰ ਆਊਂਗੇ ਛੱਡ ਕੇ, ਅਤੇ ਮੈਨੂੰ ਜਾ ਰਹੇ ਹੋ ਇਕੱਲੇ ਛੱਡ ਕੇ। ਵੰਸ਼ ਆਪਣੀ ਲੁੱਕ ਦਿਖਾ ਨਾ, ਸਮਾਰਟ ਬੋਆਏ ਤਾਜ, ਤੂੰ ਵੀ ਦਿਖਾ। ਤਾਜ ਚਸ਼ਮਾ ਲਗਾ ਲਿਆ, ਰੇੜੀ ਸ਼ੇੜੀ ਚਸ਼ਮਾ ਨਹੀਂ ਛੋੜਦਾ ਹੈ। ਇਹ ਪਿੰਕ ਵਾਲਾ ਕਿਉਂ ਲਗਾਇਆ ਤੁਮਨੇ, ਤਾਂ ਵਾਈਟ ਥਾ ਤੁਹਾਰਾ। ਵਾਈਟ ਹੋ ਗਿਆ। ਕਹਾਂ ਗਿਆ ਵੋ ਵਾਲਾ? ਇਹ ਥੋੜੇ ਇਸਮੇ ਰੈਡ ਕਲਰ ਕੀ ਸ਼ੇਡ ਆ ਰਹੀ ਹੈ ਮੁਝੇ, ਹੈ ਨਾ। ਵਾਈਟ ਨਹੀਂ ਵੰਸ਼ੂ, ਤੇਰੇ ਨਹੀਂ ਅੱਛਾ ਲੱਗਤਾ, ਤੂੰ ਨਾ ਲਗਾ। ਨਹੀਂ ਤਾਜ ਕੇ ਤਾਜ ਲਗਾਤਾ ਹੈ ਨਾ, ਤੋ ਇਸ ਕੇ ਅੱਛਾ ਲਗਾ। ਤਾਜ ਸਕੂਲ ਮੇ ਬੈਗ ਮੇ ਤਾਂ ਨਾ ਹੋਗਾ ਵੋ। ਹੈਂਕੀ ਲੈ ਲਿਆ, ਪਹਿਲੇ ਬਤਾਓ ਹੈਂਕੀ ਲਿਆ? ਬਿਲਕੁਲ ਲੈ ਲਿਆ। ਨਹੀਂ ਫੇਰ ਤੂੰ ਬੋਲ ਰਿਹਾ ਬਿਲਕੁਲ ਬਿਲਕੁਲ, ਉਹ ਦੇਖ ਹੈਂਕੀ ਮੈਨੇ ਇਧਰ ਨਿਕਾਲਾ ਥਾ। ਤੇ ਹੁਣ ਸਾਰੇ ਮੈਂ ਕਰੂੰਗੀ ਸਾਫ ਸਫਾਈ ਕਰੂੰਗੀ, ਸਾਰੀ ਸੈਟਿੰਗ ਕਰੂੰਗੀ। ਰੇੜੀ ਏਦਾਂ ਨਹੀਂ, ਇਹ ਤਹਿ ਲਾ ਕੇ ਦੂੰਗੀ। ਆ ਦੇਖੋ ਇੱਧਰ ਵੀ, ਇੱਧਰ ਪੂਰਾ ਖਲਾਰਾ ਇਹਨਾਂ ਨੇ ਪਾ ਤਿਆ, ਤੇ ਉੱਧਰ ਮੇਰੇ ਕੱਪੜੇ ਵੀ ਉੱਪਰ ਤੋਂ ਲਿਆਈ ਸੀਗੀ, ਤੇ ਸਾਰਾ ਖਲਾਰਾ ਪਿਆ ਹੁਣ ਸਾਰਾ ਸਾਫ ਕਰੂੰਗੀ ਇੱਥੇ ਤੋਂ ਹੀ। ਮੈਂ ਹੁਣ ਇਹਨੂੰ ਦੇ ਦਿੰਦੀ, ਇਹਨਾਂ ਨੂੰ ਭੇਜ ਦਿੰਦੀ ਹਾਂ, ਇਹਨਾਂ ਦਾ ਟਾਈਮ ਹੋ ਗਿਆ। ਹੁਣ ਵੰਸ਼ ਕਰ ਰਿਹਾ ਵੇਟ, ਅਤੇ ਵੰਸ਼ ਤੋਂ ਵੇਟ ਨਹੀਂ ਹੋ ਰਹੀ, ਵੰਸ਼ ਸਾਈਕਲ 'ਤੇ ਜਾਏਗਾ। ਅੱਛਾ ਤੋ ਇੱਧਰ ਕੌਣ ਚੀਪ, ਕੌਣ ਚੀਪ ਰਿਹਾ? ਤਾਜ ਚੀਪ ਰਿਹਾ ਤਾ, ਤਾਜ ਔਰ ਰੈਕਟ ਯਹਾਂ ਪੇ ਪੜਾ ਹੈ ਤੁਹਾਰਾ, ਅੰਦਰ ਰੱਖ ਦੂੰਗੀ ਮੈਂ, ਕੋਈ ਲੈ ਜਾਏਗਾ ਫਿਰ ਯਹਾਂ ਸੇ ਨਾ। ਤਾਜ ਵੰਸ਼ ਮੈਂ ਤਾਂ ਅਕੇਲੀ ਹੋਊਂਗੀ, ਮੇਰਾ ਤਾਂ ਦਿਲ ਵੀ ਨਹੀਂ ਲੱਗੇਗਾ ਅਬ। ਅਰੇ ਆਪਣੇ ਪਾਸ ਹਮਾਰੇ ਟੈਡੀ ਹੈ, ਪੀ ਖੁਸ਼ੀ ਖੁ ਤੂੰ, ਮੈਂ ਹੋ ਮੇਰੇ ਟੈਡੀ ਪਿਓ ਪਿਓ ਰੇ ਪਿਆਰੇ ਪਿਆਰੇ ਕਿਊਟੀ ਕਿਊਟੀ ਸੇ ਕਿਊਟੀ ਕਿਊਟੀ ਟੈਡੀ। ਹਮ।
ਉਹ ਨਹੀਂ ਟਹੀ ਮਜ਼ਾਤੀ ਦੀ, ਅਬ ਮੈਨੇ ਬੰਦ ਕੀਆ, ਮੈਨੇ ਔਰ ਰੱਖ ਦਿੱਤੀ ਹੈ। ਆਤੇ ਹੋਏ ਬਟਨ ਬੰਦ ਕਰ ਦੇਣਾ ਇਸਕੇ, ਅਬ ਤੋ ਤੁਮਨੇ ਖੋਲ ਲਿਆ, ਮੈਨੇ ਲਗਾਏ ਥੇ ਬਟਨ, ਫੈਸ਼ਨ ਵੀ ਨਹੀਂ ਹੈ ਯੇ, ਫੈਸ਼ਨ ਨਹੀਂ ਚਲੇਗਾ ਅਬ। ਇਹਦੇ ਧਿਆਨ ਦਿਖ ਰਿਹਾ ਹੈ ਡੋਰੇਮੋਨ ਤੇ। ਗਾਇਸ ਤਾਜ਼ਵੰਤ ਚਲੇ ਗਏ ਨੇ ਬਰਥਡੇ ਪਾਰਟੀ 'ਚ, ਅਤੇ ਘਰ ਆਉਂਦੇ ਹੀ ਮੈਂ ਪਹਿਲੇ ਕੀਤੀ ਸਾਫ਼ ਸਫਾਈ ਸਾਰਾ, ਮਤਲਬ ਕਿ ਸਾਂਸ ਮੂੰਸ ਜਿਹੜਾ ਹੋਇਆ ਵਾ ਸੀ ਸਾਰਾ ਆਪਣਾ ਚੱਕ ਕੇ ਸਾਰੀ ਕਲੀਨਿੰਗ ਕੀਤੀ, ਅਤੇ ਅੰਦਰੋਂ ਇੱਧਰੋਂ ਵੀ ਸਾਰਾ ਸਾਫ਼ ਕਰਦੇ, ਕੱਪੜਿਆਂ ਦੀ ਤੈਅ ਸੀਗੀ ਜਿਹੜੀ, ਕੱਪੜਿਆਂ ਦੀ ਤੈਅ ਲਗਾ ਕੇ ਇਹ ਸਾਰੇ ਸੈਟਿੰਗ ਕਰਕੇ ਰੱਖਦੇ ਨੇ, ਅਤੇ ਇੱਧਰ ਵੀ ਸਾਰੀ ਸੈਟਿੰਗ ਕਰਦੇ, ਇੱਧਰ ਵੀ ਸਾਰੇ ਕੱਪੜੇ ਹੋਏ ਸੀ, ਅਤੇ ਹੁਣ ਯੂਨੀਫੋਮ ਇਹਨਾਂ ਦੀ ਕੱਢ ਲਈ ਆ, ਹੁਣ ਪ੍ਰੈਸ ਕਰ ਦਿੰਦੀ ਆ ਇਹਨਾਂ ਦੀ ਯੂਨੀਫੋਮ ਆ ਜਿਹੜੀ, ਅਤੇ ਹੁਣ ਹੈਗੀਆਂ ਫ੍ਰੀ। ਵੈਸੇ ਤਾਜ ਵੰਸ਼ ਦਾ ਸੀਗਾ ਬਰਥਡੇ, ਉਹਦੇ ਫਰੈਂਡ ਦਾ ਸੀਗਾ, ਬਟ ਤਾਜ ਕਹਿੰਦਾ ਮੈਂ ਵੀ ਜਾਣਾ, ਅਤੇ ਉਹ ਚਲੇ ਗਿਆ। ਮੈਂ ਇਹਨੂੰ ਵੈਸੇ ਰੋਕ ਰਹੀ ਸੀਗੀ ਕਿਉਂਕਿ ਇਕੱਲੀ ਹੋ ਗਈ ਸੀ, ਹੁਣ ਮੇਰਾ ਦਿਲ ਨਹੀਂ ਲੱਗ ਰਿਹਾ ਹੈਗਾ ਬਿਲਕੁਲ, ਅਤੇ ਜਦੋਂ ਬੰਨੀ ਜੀ ਚਲ ਜਾਣਾ ਇੰਨਾ ਨਹੀਂ ਹੁੰਦਾ ਹੈਗਾ, ਜਦੋਂ ਤਾਜ ਵੰਸ਼ ਚਲੇ ਜਾਣ ਨਾ ਫਿਰ ਮੇਰਾ ਬਿਲਕੁਲ ਦਿਲ ਨਹੀਂ ਲੱਗਦਾ ਹੈਗਾ। ਤਾਜ ਵੰਸ਼ ਹੁਣ ਆਉਂਗੇ, 2 ਘੰਟੇ ਤਾਂ ਇਹਨਾਂ ਨੂੰ ਲੱਗੂੰਗੇ ਹੀ, ਅਤੇ ਇਹਨਾਂ ਬੋਰ ਹੋ ਜਾਣਾ ਮੈਂ ਬੈਠੀ ਬੈਠੀ, ਅਤੇ ਕਿਉਂਕਿ ਕੰਮ ਵੀ ਨਹੀਂ ਹੈਗਾ, ਹੁਣ ਸਬਜ਼ੀ ਵੀ ਨਹੀਂ ਬਣਾਉਣੀ ਹੈਗੀ, ਸਬਜ਼ੀ ਅੱਜ ਪਈ ਆ, ਅਤੇ ਹੁਣ ਸਵੇਰੇ ਦੇਖੂੰਗੀ, ਸਵੇਰੇ ਬਣਾਉਂਗੀ ਗੋਭੀ ਦੀ ਸਬਜ਼ੀ, ਗੋਭੀ ਲਈ ਪਈ ਆ ਅਤੇ ਉਵੇਂ ਬਣਾਉਂਗੀ। ਹੁਣ ਤਾਂ ਹੋ ਗਿਆ ਕੰਮ ਸਾਰਾ ਵੈਸੇ ਸੀਗੇ, ਅਤੇ ਹੁਣ ਗਏ ਨੇ ਤਾਜ ਵੰਸ਼ ਨੂੰ ਲੈਣ ਦੇ ਲਈ, ਅਤੇ ਹੁਣ ਟਾਈਮ ਹੋ ਚੁੱਕਿਆ 7 ਵਜਣੇ ਵਾਲੇ ਆ, ਬਸ 10 ਮਿੰਟ ਰਹਿ ਗਏ ਨੇ, ਅਤੇ ਆਪਣਾ ਇਹਨਾਂ ਦੇ ਕੱਪੜੇ ਵਗੈਰਾ ਹਲੇ ਚੱਕਣ ਨੂੰ ਪਏ ਨੇ। ਗਏ ਤਾਜ ਵੰਸ਼ ਆ ਗਏ ਨੇ, ਅਤੇ ਹੁਣ ਆਪਣੇ ਆਪਣੇ ਰਿਟਰਨ ਗਿਫਟ ਦੇਖ ਰਹੇ ਨੇ। ਅੱਛਾ ਇਹ ਵਾਲਾ ਗੇਮ ਹੀ ਦਿੱਤਾ, ਗੇਮ ਮੈਂ ਵੰਸ਼ ਤੂੰ ਵੀ ਗੇਮ ਮੈਂ ਦਿੱਤਾ ਇਹ। ਓ ਵਾਓ ਕਿਤਨਾ ਅੱਛਾ ਹੈ, ਫਲੇਮਿੰਗ ਵੇਵ ਵਾਲਾ ਪਰਪਲ ਮਿਲਾ ਗੁਰਤਾਜ, ਤੂੰ ਜਾ ਨਹੀਂ ਰਹਾ ਤੋ ਦੇ ਦੋ ਦੋ ਮੈਂ ਨਾ ਬਹੁਤ ਸੋਚਦੀ ਸੀ ਗੁਰਤਾਜ ਲੈਣਾ ਹੈ, ਇਵੇਂ ਦਾ ਸਿਪਰ ਹੋਏ ਨਾ ਮੇਰੇ ਕੋਲ, ਕਈ ਵਾਰ ਆਰਡਰ ਵੀ, ਹਾਂ ਆਰਡਰ ਵੀ ਮੈਂ ਕਰਨਾ ਚਾਹਿਆ ਇਹਦਾ, ਪਰ ਉਵੇਂ ਮਿਲ ਗਿਆ ਆਰਾਮ ਨਾਲ ਇਧਰ, ਤੇ ਖਾਣ ਨੂੰ ਮਿਲਿਆ ਤਾਜ ਨੂੰ ਸਮੋਸਾ, ਉੱਥੇ ਨਹੀਂ ਖਾਇਆ ਸੀਗਾ, ਨਹੀਂ ਅੱਛਾ ਖਾਣੇ ਨੂੰ ਮਿਲ ਗਿਆ ਸੀਗਾ, ਬਟਨ ਵੀ ਨੀ ਲਗਾਏ, ਇਤਨਾ ਹੀਰੋ ਬਣਤਾ ਨਾ ਯੇ ਲੜਕਾ, ਹੀਰੋ ਕਿਆ ਅਭੀ ਕਿਉਂ ਐਸੇ ਨਹੀਂ ਖੁਲਤਾ, ਯੇ ਐਸੇ ਖੁਲਤਾ ਹੈ, ਕੈਸੇ ਖੁਲੇਗਾ, ਹਾਂ ਉੱਪਰ ਤੇ ਖੁਲੇਗਾ, ਖੋਲਣਾ ਨਹੀਂ ਹੋਇਆ ਵੈਸੇ, ਕੱਪੜੇ ਚੇਂਜ ਕਰ ਲਓ ਚਲੋ ਪਹਿਲੇ, ਮੇਰਾ ਮਨ ਨਹੀਂ ਲੱਗ ਰਿਹਾ ਤਾਂ ਤਾਜ ਬਿਲਕੁਲ ਵੀ ਕੇਲੀ ਸੀ ਮੈਂ, ਅਭੀ ਆਏ ਪਾਪਾ ਤੋਂ, ਚਲੋ ਕੱਪੜੇ ਚੇਂਜ ਕਰ ਲਓ ਫਿਰ, ਚਲੋ ਤੂੰ ਕਿਤਨਾ ਟਾਈਮ ਹੋ ਗਿਆ, ਤੁਮੇ ਮੇਰੀ ਯਾਦ ਨਹੀਂ ਆਈ, 2 ਘੰਟੇ ਤੋਂ ਯਾਦ ਆ ਰਹੀ ਕਿ ਉਹਨੇ ਤੋ ਇਤਨੇ ਮਜ਼ੇ ਕੀਏ, ਆਪਣੇ ਮਜ਼ੇ ਕੀਏ, ਤੋ ਮੈਂ ਯਹਾਂ ਪੇ ਅਕੇਲੀ ਥੀ, ਫਟਾਫਟ ਘਰ ਵੀ ਮਿਲ ਗਿਆ ਥਾ ਅੰਕਲ ਕੋ, ਕੱਪੜੇ ਕਰ ਲੋ ਚੇਂਜ, ਨੈਨੂ ਕੱਪੜੇ ਕਰ ਲਾ ਬੁੱਤੂ ਚੇਂਜ, ਚਲੋ ਬੂਟ ਸ਼ੂਜ ਕੱਢ ਦੋ, ਫਿਰ ਰੋਟੀ ਵੀ ਖਾਣੀ ਹੈ, ਤਾਜੀ ਕੱਪੜੇ ਚੇਂਜ ਕਰ ਲੋ ਬੁੱਤੂ, ਗੰਦੇ ਹੋ ਜਾਏਗੇ, ਚੱਲ ਮੇਰਾ ਪੁੱਤ, ਹਾਂ ਬਹੁਤ ਅੱਛਾ ਹੈ, ਚਲੋ ਗਰਮੀਆਂ ਮੈਂ ਜੂਸ ਪੀਣਾ ਇਸਨੇ, ਹੈ ਨਾ ਹੱਥੋਂ
ਤਾਂ ਅੱਜ ਕੱਪੜੇ ਚੇਂਜ ਕਰ ਲਓ, ਅੱਜ ਕੱਪੜੇ ਇੱਧਰ ਨਿਕਾਲ ਕੇ ਰੱਖੋ, ਮੈਂ ਲਓ ਟੀ ਸ਼ਰਟ ਵੋ ਪਾ ਲਓ, ਚਲੋ ਆ ਜਾਓ ਆ ਜਾਓ ਤਾਜ਼।